शास्त्री अकाल दोस्तों, एक बार फिर तो हाजिर हो चुके हैं जी तुहाडे लई बहुत ही इंपोर्टेंट वीडियो लेके। गल करांगे जी पंजाब दी समय दी सब तो वड्डी ते ताजा खबर बारे। सब तो पहला चैनल स्टडी एंड जॉब अलर्ट्स देख रहे सारे श्रोतों का स्वागत करदी हां। तो दोस्तों वड्डी खबर निकल के सामने आ चुकी जी, पंजाब स्कूलां नूं मुड़ तो पंजाब सरकार दे वल्लों छुट्टियां विच वड्डा वाधा कीता गया है। तुहानूं अगे वीडियो विच इस बारे पूरी जानकारी देवांगे, पर वीडियो शुरू करन तों पहलां जेकर तुसीं अपने चैनल ते पहली बार विजिट कर रहे हो, चैनल ते नवे हो ਅਤੇ ਅਜੇ ਤੱਕ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਦੋਸਤੋ ਕਿਰਪਾ ਕਰਕੇ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਸਕੂਲਾਂ ਬਾਰੇ ਵੱਡੀਆਂ ਤੋਂ ਵੱਡੀਆਂ ਅਤੇ ਤਾਜ਼ਾ ਖਬਰਾਂ ਘਰ ਬੈਠੇ ਦੇਖਣ ਦੇ ਲਈ ਮਿਲਦੀ ਹੀ ਰਹਿਣਗੀਆਂ। ਤਾਂ ਚਲੋ ਆਪਾਂ ਸ਼ੁਰੂਆਤ ਕਰ ਲੈਂਦੇ ਹਾਂ ਸਾਇੰਸ ਦੀ ਸਭ ਤੋਂ ਪਹਿਲੀ ਅਤੇ ਵੱਡੀ ਖਬਰ ਤੋਂ। ਪਹਿਲੀ ਵੱਡੀ ਖਬਰ ਹੈ ਜੀ, ਈਡੀਟੀ ਅਧਿਆਪਕਾਂ ਦੀ ਹੋਵੇਗੀ ਹੈੱਡ ਟੀਚਰ ਵਜੋਂ ਤਰੱਕੀ, ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਨਿਰਦੇਸ਼ ਕੀਤੇ ਜਾਰੀ। ਜੀ ਹਾਂ ਦਰਸ਼ਕੋ, ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਈਡੀਟੀ ਅਧਿਆਪਕਾਂ ਦੀ ਹੈੱਡ ਟੀਚਰ ਤਰੱਕੀਆਂ ਕਰਨ ਦੇ ਨਿਰਦੇਸ਼ ਜਾਰੀ ਕਿਰਤ ਕਰਦੇ ਕਹਿੰਦੇ, ਇਸ ਤੋਂ ਇਲਾਵਾ ਇਨ੍ਹਾਂ ਤਰੱਕੀਆਂ ਦਾ ਸਮੁੱਚਾ ਕੰਮਕਾਰ ਇੱਕ ਮਹੀਨੇ ਦੇ ਅੰਦਰ ਅੰਦਰ ਮੁਕੰਮਲ ਕਰਨ ਦੀ ਵੀ ਹਦਾਇਤ ਕੀਤੀ ਗਈ ਹੈ। ਸਿੱਖਿਆ ਵਿਭਾਗ ਦੇ ਨਿਰਦੇਸ਼ਾਂ ਮੁਤਾਬਕ ਜੇਕਰ ਸੂਬੇ ਦੇ ਕਿਸੇ ਜ਼ਿਲ੍ਹੇ ਵਿੱਚ ਇੱਕ ਮਹੀਨੇ ਦੇ ਅੰਦਰ ਇਹ ਤਰੱਕੀਆਂ ਨਹੀਂ ਹੁੰਦੀਆਂ ਤਾਂ ਇਸ ਦੀ ਜ਼ਿੰਮੇਵਾਰੀ ਸੰਬੰਧਿਤ ਜ਼ਿਲ੍ਹੇ ਦੇ ਸਿੱਖਿਆ ਅਧਿਕਾਰੀ ਦੀ ਹੋਵੇਗੀ। ਅਗਲੀ ਖਬਰ, ਵੱਡੀ ਖਬਰ ਹੈ ਜੀ, ਪੀਆਰਟੀਸੀ ਦੀ ਬੱਸ ਨਾਲ ਜੁੜੀ ਵੱਡੀ ਖਬਰ ਹੈ, ਬਿਆਸ ਦਰਿਆ ਵਿੱਚ ਡੁੱਬੀ ਬੱਸ। ਜੀ ਹਾਂ ਦਰਸ਼ਕੋ, ਚੰਡੀਗੜ੍ਹ ਤੋਂ ਹਿਮਾਚਲ ਗਈ ਬੱਸ ਦੇ ਬਿਆਸ ਦਰਿਆ ਵਿੱਚ ਡੁੱਬਣ ਦੀ ਖਬਰ ਨਾਲ ਸਨਸਨੀ ਫੈਲ ਗਈ ਆ। ਕੱਲ ਦੀਆਂ ਖਬਰਾਂ ਚੱਲ ਰਹੀਆਂ ਨੇ ਕਿ ਚੰਡੀਗੜ੍ਹ ਤੋਂ ਗਈ ਬੱਸ ਲਾਪਤਾ ਹੋ ਗਈ, ਬੱਸ ਦੀ ਕਿਸੇ ਸਵਾਰੀ ਜਾਂ ਡਰਾਈਵਰ ਨਾਲ ਕੋਈ ਵੀ ਰਾਬਤਾ ਕਾਇਮ ਨਹੀਂ ਹੋ ਰਿਹਾ। ਹੁਣ ਦੀ ਤਾਜ਼ਾ ਖਬਰ ਬਹੁਤ ਹੀ ਡਰਾਉਣੀ ਮਿਲੀ ਆ। ਪਤਾ ਲੱਗਿਆ ਕਿ ਮਨਾਲੀ ਨੇੜੇ ਬਿਆਸ ਦਰਿਆ ਤੋਂ ਪੀਆਰਟੀਸੀ ਦੀ ਬੱਸ ਦੇ ਡੁੱਬਣ ਦਾ ਖਾਸਾ ਹੈ, ਜਿਸ ਵਿੱਚੋਂ ਫਿਲਹਾਲ ਇੱਕ ਲਾਸ਼ ਮਿਲੀ ਆ। ਇਹ ਲਾਸ਼ ਉਸੇ ਡਰਾਈਵਰ ਦੀ ਆ, ਇਹ ਵੀ ਪੱਕਾ ਨਹੀਂ ਹੋ ਰਿਹਾ। ਪੀਆਰਟੀਸੀ ਦੇ ਪੰਜਾਬ ਰੋਡਵੇਜ਼ ਦੀਆਂ ਕਈ ਬੱਸਾਂ ਹਿਮਾਚਲ ਨੂੰ ਗਈਆਂ ਸਨ। ਤੁਹਾਨੂੰ ਦੱਸੀ ਕਿ ਭਾਰੀ ਮੀਂਹ ਨੇ ਹਿਮਾਚਲ ਵਿੱਚ ਤਬਾਹੀ ਮਚਾਈ ਹੋਈ ਆ। ਕਈ ਦਿਨਾਂ ਤੋਂ ਪੈ ਰਹੇ ਭਾਰੀ ਮੀਂਹ ਕਾਰਨ ਜਨਜੀਵਨ ਕਾਫੀ ਪ੍ਰਭਾਵਿਤ ਹੋਇਆ ਹੈ, ਬਹੁਤ ਸਾਰੇ ਲੋਕਾਂ ਦੇ ਲਾਪਤਾ ਹੋਣ ਦੀ ਖਬਰ ਹੈ। ਅਗਲੀ ਖਬਰ, ਵੱਡੀ ਖਬਰ ਹੈ ਜੀ, ਪੰਜਾਬ ਦੇ ਸਕੂਲਾਂ ਵਿੱਚ ਵਧੀਆਂ ਛੁੱਟੀਆਂ, ਹੁਣ ਇਸ ਤਰੀਕ ਨੂੰ ਖੁੱਲ੍ਹਣਗੇ ਸਾਰੇ ਸਕੂਲ। ਜੀ ਹਾਂ ਦਰਸ਼ਕੋ, ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਸਰਕਾਰੀ ਏਡਡ ਮਾਨਤਾ ਪ੍ਰਾਪਤ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਦਾ ਵਾਧਾ ਕੀਤਾ ਗਿਆ ਹੈ। ਇਹ ਜਾਣਕਾਰੀ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਵੱਲੋਂ ਦਿੱਤੀ ਗਈ ਆ। ਉਹਨਾਂ ਨੇ ਦੱਸਿਆ ਕਿ ਪਹਿਲਾਂ ਸੂਬੇ ਵਿੱਚ ਸਕੂਲ 13 ਜੁਲਾਈ ਤੱਕ ਬੰਦ ਕੀਤੇ ਗਏ ਸੀ, ਪਰ ਹੁਣ ਹੜ੍ਹਾਂ ਦੇ ਮੱਦੇਨਜ਼ਰ ਸਕੂਲ ਦੁਬਾਰਾ ਤੋਂ ਬੰਦ ਕੀਤੇ ਗਏ ਨੇ, ਜੋ ਕਿ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ 16 ਜੁਲਾਈ ਤੱਕ ਬੰਦ ਕੀਤੇ ਗਏ ਨੇ ਅਤੇ 17 ਜੁਲਾਈ ਨੂੰ ਆਮ ਵਾਂਗ ਖੁੱਲ੍ਹਣ ਦੇ ਨਿਰਦੇਸ਼ ਜਾਰੀ ਕੀਤੇ ਗਏ ਨੇ। ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ, ਮਾਣ ਦੇ ਨਿਰਦੇਸ਼ਾਂ ਅਨੁਸਾਰ ਬਾਰਿਸ਼ ਕਾਰਨ ਸੁਰੱਖਿਆ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਾਰੇ ਏਡਿਡ ਮਾਨਤਾ ਪ੍ਰਾਪਤ ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਵਿੱਚ ਚੱਲ ਰਹੀਆਂ ਛੁੱਟੀਆਂ ਵਿੱਚ 16 ਜੁਲਾਈ 2023 ਤੱਕ ਵਾਧਾ ਕੀਤਾ ਜਾਂਦਾ ਹੈ। 17 ਜੁਲਾਈ ਤੋਂ ਸੋਮਵਾਰ ਤੋਂ ਸਕੂਲ ਆਮ ਵਾਂਗ ਖੁੱਲ੍ਹਣਗੇ। ਤਾਂ ਪਿਆਰੇ ਦਰਸ਼ਕੋ, ਇਹ ਸੀ ਸਮੇਂ ਦੀ ਸਭ ਤੋਂ ਵੱਡੀ ਅਤੇ ਤਾਜ਼ਾ ਜਾਣਕਾਰੀ। ਜੇਕਰ ਤੁਹਾਨੂੰ ਖਬਰ ਚੰਗੀ ਲੱਗੀ ਹੋਵੇ ਅੱਗੇ ਸ਼ੇਅਰ ਕਰ ਦਿਓ ਜੀ ਵੱਧ ਤੋਂ ਵੱਧ। ਐਂਡ ਦੋਸਤੋ, ਆਪਣੇ ਚੈਨਲ ਨੂੰ ਕਿਰਪਾ ਕਰਕੇ ਜ਼ਰੂਰ ਸਬਸਕ੍ਰਾਈਬ ਕਰ ਲਿਓ ਅਤੇ ਨਾਲ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ, ਕਿਉਂਕਿ ਤੁਹਾਨੂੰ ਆਪਣੇ ਚੈਨਲ ਤੇ ਪੰਜਾਬ ਅਤੇ ਪੰਜਾਬ ਸਕੂਲਾਂ ਬਾਰੇ ਵੱਡੀਆਂ ਤੋਂ ਵੱਡੀਆਂ ਅਤੇ ਤਾਜ਼ਾ ਖਬਰਾਂ ਘਰ ਬੈਠੇ ਦੇਖਣ ਦੇ ਲਈ ਮਿਲਦੀ ਹੀ ਰਹਿਣਗੀਆਂ। ਅੱਜ ਦੀ ਵੀਡੀਓ ਵਿੱਚ ਬਸ ਇੰਨਾ ਹੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਰੱਬ ਰੱਖਾ।